ਸਤਿ ਸ਼੍ਰੀ ਅਕਾਲ ਦੋਸਤੋ ਬੜੇ ਕੰਮ ਦੀ ਵੀਡੀਓ ਹੈ ਅੱਜ ਤੁਹਾਡੇ ਲਈ ਆਪਣੇ ਪੰਜਾਬ ਦੇ ਵਿੱਚ ਕਰਜ਼ਾਨੇ ਮਹਿੰਗੇ ਮਹਿੰਗੇ ਗੱਡੀਆਂ ਤੇ ਮਹਿੰਗੇ ਮਹਿੰਗੇ ਟਰੈਕਟਰ ਜ਼ਮੀਨ 4 ਕਿੱਲੇ ਟਰੈਕਟਰ 10 ਲੱਖ ਦਾ ਪਰ ਅੱਜ ਜਿੱਥੇ ਆਪਾਂ ਪਹੁੰਚੇ ਆ ਨੌਜਵਾਨ ਕਹਿੰਦਾ ਵੀ ਲੈਣਾ 4x4 ਬਾਪੂ ਕਹਿੰਦਾ ਵੀ ਟਰੈਕਟਰ 4x4 ਜ਼ਰੂਰ ਦਵਾ ਦੂੰ ਪਰ ਪਹਿਲਾਂ ਮੇਰੀਆਂ ਦਲੀਲਾਂ ਸੁਣ ਲਓ ਵੀ ਜਿਹੜਾ ਮੇਰੇ ਕੋਲ ਫੋੜ 3600 ਆ ਵੀ ਇਹ ਕਿਵੇਂ ਕੰਮ ਆਉਂਦਾਗਾ ਵੀ ਆਪਾਂ ਜਿਹੜਾ 10 ਲੱਖ ਵਾਲੇ ਨਾਲ ਕੰਮ ਕਰਨਾ ਹੈ ਉਹ ਲੱਖ 2 ਲੱਖ ਵਾਲੇ ਨਾਲ ਵੀ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਜਿਵੇਂ ਅੱਜ ਕੱਲ ਰੁਝਾਨ ਹੈ ਹਾਂਜੀ ਹਰ ਇੱਕ ਨੂੰ ਇਹ ਲੱਗਦਾ ਵੀ ਮਹਿੰਗਾ ਤੋਂ ਮਹਿੰਗਾ ਡਰੈਕਟ ਹੋਵੇ ਮੇਰੇ ਕੋਲ ਹਾਂਜੀ ਹਾਂਜੀ ਤੇ ਉਹ ਕੀ ਕਾਰਨ ਹੈ ਵੀ ਤੁਸੀਂ ਫੋਰਡ 3600 ਵਾਲੀ ਕਹਿੰਦੇ ਨੇ ਵੀ ਇਹਦੇ ਨਾਲ ਵੀ ਸਾਰੇ ਡਿਸਪਾਈਓ ਦੇਖੋ ਜੀ ਅੱਜ ਕੱਲ ਨਵਾਂ ਰਿਸ਼ਣ ਜਿਹੜਾ ਆ ਗਿਆ ਨਾ ਜੀ ਉਹਦੇ ਵਿੱਚ ਚੰਗੀ ਗੱਡੀ ਚੰਗਾ ਫੋਰਡ ਹੋਵੇ ਜੀ ਚੰਗੀ ਪਸੰਦ ਵੱਡੇ ਹੋਣ ਜੀ ਤੇ ਕਰਜ਼ੇ ਤੋਂ ਨਹੀਂ ਡਰਦੇ ਜੀ ਕਰਜ਼ੇ ਤੋਂ ਨਹੀਂ ਡਰਦੇ ਜਦੋਂ ਉਹਨਾਂ ਦੇ ਕਰਜ਼ੇ ਦੇ ਬੂੰਦਿਆਂ ਦਾ ਨਿਕਲਦੇ ਵਾਰੰਟ ਉਦੋਂ ਭਜਦੇ ਫਿਰ ਉਦੋਂ ਭਜਦੇ ਚਾਰੇ ਪਾਸੇ ਵੀ ਕਿਧਰ ਭਰੋ ਕੀ ਕਰੀਗੇ ਪਰ ਮੇਰੇ ਮੁੰਡੇ ਮੈਂ ਆਪ ਟਰੈਕਟਰ ਨਵਾਂ ਲਈਏ ਜੀ ਮੈਂ ਆਹ ਵੀ ਤੁਸੀਂ ਦੇ ਦੁਕਾਨਦਾਰ ਠੀਕ ਹੈ ਜੀ ਟਰੈਕਟਰ ਪੈਲੀ ਪਾਉਣੀ ਮੈਂ ਠੀਕ ਹੈ ਜੀ ਨਾਮ ਮੈਂ ਕਰਨਾ ਕੋਈ ਕਰਾਇਆ ਨਾ ਕੋਈ ਕਰਨਾ ਹੋਰ ਤੇ ਮੈਂ ਆਪਦੀ ਮਰਜ਼ੀ ਨਾਲ ਫੋ ਟਰੈਕਟਰ ਲਿਆ ਤੇ ਮੈਂ 18 20 ਕਿਲੇ ਦੀ ਵਾਈ ਕਰਦੇ ਆ ਤੇ ਇਹ ਕਰਮਾ ਵਾਲਾ ਮੇਰੇ ਕੋਲ 5 ਸਾਲ ਆਇਨ ਹੋ ਗਿਆ ਜੀ ਲੋਕ ਕਈ ਕਹਿੰਦੇ ਆ ਵੀ ਪੁਰਾਣਾ ਟਰੈਕਟਰ ਜੁੱਲੇ ਵਗਾ ਦਿੰਦਾ ਹੈ ਜੀ ਪਰ ਇਹ ਮੇਰੇ ਕੋਲ ਆਏ ਨੂੰ 5 ਸਾਲ ਹੋ ਗਿਆ ਮੈਂ ਇਹਦਾ ਸਾਲ ਬਾਅਦ ਤੇੜ ਹੀ ਬਦਲਦਾ ਦੇ ਵਰਕਸ਼ਾਪ ਜਾਂਦੇ ਇੱਕ ਦਿਨ ਹੀ ਜਾ ਕੇ ਵੇਖਿਆ ਕਿੰਨੇ ਕ ਦਾ ਹੋ ਬਾਪੂ ਜੀ ਇਹ ਟਰੈਕਟਰ ਇਹ ਟਰੈਕਟਰ ਕੋਈ 1.5 ਲੱਖ ਦਾ ਵੇ ਸਮਝ ਲਓ ਜੇ ਗੱਲ ਕਰੀਏ ਜੀ ਜੇ ਨਵਾਂ ਟਰੈਕਟਰ ਕੋਈ 10 ਲੱਖ ਦਾ ਲੈਂਦਾ 4x4 1 ਲੱਖ 20 ਹਜ਼ਾਰ ਰੁਪਏ ਦਾ ਉਹਦਾ ਵਿਆਜ ਹੀ ਬਣ ਜਾਵੇ ਵਿਆਜ ਆ ਗਿਆ ਜੀ ਉਹਨੇ ਦਾ ਤਾਂ ਆਪਾਂ ਟਰੈਕਟਰ ਨਾਲ 18 ਕਿੱਲਿਆਂ ਦੀ ਖੇਤੀ ਕਰੀ ਬਸ 18 ਕਿੱਲੇ ਕਰਦੇ ਆ ਜੀ ਇਹ ਮਤਲਬ ਜੇ ਤੁਹਾਡੀ ਉਮਰ ਚ ਦੇਖੀਏ ਜੀ ਉਹ ਤਾਂ ਸਾਰੇ ਬਜ਼ੁਰਗ ਆ ਜਿਹੜੇ ਉਹ ਤਾਂ ਕਹਿੰਦੇ ਨੇ ਆਸ਼ੇ ਨਾਲ ਵੀ ਖੇਤੀ ਹੋ ਜਾਂਦੀ ਆ ਫੋਰ ਨਾਲ ਵੀ ਹੋ ਜਾਂਦੀ ਆ ਚਾਹੇ 30 ਕਿੱਲਿਆਂ ਦੀ ਕਰ ਲੋ ਕਿਉਂਕਿ ਟਰੈਕਟਰ ਚਲਾਉਣ ਵਾਲਾ ਬੰਦਾ ਚਾਹੀਦਾ ਚਾਹੀਦਾ ਜੀ ਭਾਵੇਂ ਨੇ 50 ਕਿਲੇ 60 ਕਿਲੇ ਬਿਜਲੂ ਤੇ ਥੱਕ ਚਲਿਆ ਡਰਾਈਵਰ ਚਾਹੀਦਾ ਜੀ ਇਹਨੂੰ ਰਾਤ ਦਿਨ ਵਾਈ ਜੋ ਹਾਂਜੀ ਇਹਨੂੰ ਤੇਲ ਪਾਣੀ ਮਿਲਣਾ ਚਾਹੀਦਾ ਜੀ ਟਰੈਕਟਰ ਨੂੰ ਤੇਲ ਪਾਣੀ ਮਿਲਣਾ ਚਾਹੀਦਾ ਤੇ ਬੰਦੇ ਨੂੰ ਰੈਸਟ ਦਿਵਾ ਦਿਓ ਤੇ ਭਾਵੇਂ ਰਾਤ ਦਿਨ ਵਾਈ ਜੋ ਜੀ ਅੱਗੇ ਫੋਰ ਜਦੋਂ ਆਇਆ ਸੀ ਸਾਰੇ ਖੇਤਾਂ ਇੱਕ ਜ਼ਿਮੀਂਦਾਰ ਦਾ ਘਰ ਦਾ ਗਹਿਣਾ ਸੀ ਠੀਕ ਹੈ ਜੀ ਉਹ ਨਵੇਂ 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 ਟਰੈਕਟਰ ਆ ਗਏ ਵਿਚਾਰਾ ਪਛਾਹ ਚਲੇ ਗਿਆ ਪਰ ਆਪਾਂ ਇਹਨੂੰ ਫਿਰ ਵੀ ਮੁਖ ਰੱਖ ਕੇ ਅੱਗੇ ਰੱਖਿਆ ਠੀਕ ਹੈ ਜੀ ਤੇ ਉਹ ਤੇ ਮੁਖ ਰੱਖ ਕੇ ਕੰਮ ਹੀ ਤੇ ਪੂਰੇ ਲੈਂਦੇ ਆ ਜੀ ਤੇ ਬੜੀ ਸੋਹਣੀ ਇਹਦੇ ਪਰ ਸੰਦ ਵਗੈਰਾ ਹਾਲ ਵਗੈਰਾ ਨਾ ਇਹ ਨਾ ਜੀ ਹਾਲ ਯਾਰਾਂ ਲਵਾਈਆਂ ਨੇ ਇਹਦੇ ਮਗਰ ਰੂਟਾਵੇਟਰ ਰੱਖਿਆ ਮੈਂ ਆਪਦਾ ਕੰਮ ਕਰਨਾ ਹੈ ਰੂਟਾਵੇਟਰ ਤੇ ਕੰਮ ਪੂਰਾ ਦਿੰਦਾ ਹ ਹਲਾਂ ਦਾ ਵੀ ਦਿੰਦਾ ਹੈ ਡ੍ਰਿਲ ਦਾ ਵੀ ਦਿੰਦਾ ਸਾਰੇ ਕੰਮ ਦਿੰਦਾ 47 ਹਸ ਪਾਵਰ ਹੈ ਇਹਨੂੰ ਕੋਈ ਪਰਵਾਹ ਕੀ ਹੈ ਜੀ ਠੀਕ ਹੈ ਛੋਟਾ ਹੈ ਨਾ ਤੁਸੀਂ ਪੰਚਨਤਾਰੀ ਉਸ ਵਾੜਿਆ ਠੀਕ ਹੈ ਜੀ ਹੋਰ ਬਾਪੂ ਜੀ ਜਿਵੇਂ ਅੱਜ ਕੱਲ ਲੱਖ ਲੱਗਦੇ ਤਾਂ ਮੈਂ ਦੇਖਦਾ ਡੈਕ ਹੀ ਲਵਾ ਲੈਂਦੇ ਨੇ ਲੋਕ ਹਾਂ ਜੀ ਉਹ ਗੱਲਾਂ ਛੱਡ ਦੋ ਡੈਕ ਡੈ ਉਹ ਡੈਕਾ ਦਾ ਲਵਾ ਲੈਂਦੇ ਜਿੰਨ ਲਾਗੇ ਪਰੋਸੀਆਂ ਦਾ ਵੀ ਜ਼ਿੰਦਗੀ ਆਰਾਮ ਕਰ ਦਿੰਦੇ ਆ ਜੋ ਕੰਨਾਏ ਵਾਦੇ ਧਮ 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 ਦਾ ਕੋ ਮਾਰ ਮਰੀ ਬੰਦਾ ਉਹ ਤਾਂ ਟੈਗ ਹੋਣ ਨੂੰ ਫਿਰਦਾ ਉਹਨਾਂ ਦੇ ਠੀਕ ਹੈ ਜੀ ਹਾਂ ਜੀ ਪਰ ਜੇ ਮੇਨ ਗੱਲ ਇਹ ਕਰੀ ਆਪਾਂ ਵੀ ਜੇ ਕਰਜ਼ੇ ਤੋਂ ਬਚਣਾ ਹੈ ਕਰਜ਼ਾ ਮੁਕਤ ਹੋਣਾ ਹੈ ਆਪਾਂ ਨੂੰ ਜੋ ਹੈਗਾ ਉਹਦੇ ਨਾਲ ਸਾਰਨਾ ਪਊਗਾ ਜਿਵੇਂ ਪਹਿਲਾਂ ਆਪਾਂ ਜਿਵੇਂ ਤੁਹਾਡੀ ਉਮਰ ਚਲਾਈਏ ਜੀ ਵੀ ਪੁਰਾਣੀਆਂ ਗੱਲਾਂ ਵੀ 5-5 ਭਰਾ ਹੁੰਦੇ ਸੀ 50-50 ਕਿੱਲੇ ਹੁੰਦੇ ਸੀ ਇੱਕ ਟਰੈਕਟਰ ਹੁੰਦਾ ਸੀਗਾ ਬਾਹਰੋਂ ਟਰੈਕਟਰ ਦਾ ਡਰਾਈਵਰ ਬਾਹਰ ਦਾ ਟਰੈਕਟਰ ਤੋਂ ਹੀ ਰਹਿੰਦਾ ਸੀ ਤੁਹਾਡਾ ਲਈ ਗੱਲ ਅੱਜ ਦੇ ਟਾਈਮ 'ਚ 5-5 ਘਰ ਹੋ ਗਏ 5 ਦੇ ਵੀ 15-15 ਹੋਗੇ ਤੇ 15-15 ਟਰੈਕਟਰ ਹੋਗੇ। ਬਸ ਬਸ ਜਮੀਨ ਘਟ ਗਈ ਗਈ ਆ ਤੇ ਸੰਦ ਵੱਡੇ ਹੁੰਦੇ ਗਏ। ਸੰਦ ਵੱਡੇ ਹੁੰਦੇ ਗਏ। ਮੈਂ ਆਪ ਵੀ ਦੱਸਦਾ ਅਸੀਂ ਤਿੰਨ ਭਰਾ ਇਕੱਠੇ ਸਾਂ। ਸਾਡੇ ਕੋਲ ਅਰਜੰਸੀ ਸੀ। ਪਹਿਲਾਂ 855 ਹੀ ਬਦਲੇ ਦੋ ਤਿੰਨ ਸਾਲ ਰੱਖਣਾ ਫਿਰ ਨਵਾਂ ਲੈਣਾ ਲੈਣਾ। ਅਰਜੰਸੀ ਜਦੋਂ ਅਸੀਂ ਵਖਰੇ ਹੋਏ ਅਰਜੰਸੀ ਟਰੈਕਟਰ। ਸੋ ਟੋਟਲ ਸਾਡੇ ਸੰਦ ਸੀ। ਮੈਂ ਦੂਜੇ ਦੋ ਭਰਾਵਾਂ ਨੂੰ ਸਾਰੇ ਦੇ ਦਿੱਤੇ। ਆਦੇ ਮੁੱਲ ਪਾ ਕੇ ਫਿਰ ਤੁਸੀਂ ਰੱਖੋ ਮੈਂ ਨਹੀਂ ਲੈਣਾ। ਜਦੋਂ ਮੈਂ ਟਰੈਕਟਰ ਇਹ ਲੈ ਜਾਂਦਾ ਮੈਨੂੰ ਮੇਰੇ ਆਂਢੀ ਗੁਆਂਢੀ ਮੈਨੂੰ ਛੇੜਾ ਕਰਨ। ਹਲੇ ਵੱਡੇ ਟਰੈਕਟਰ ਵੋਂ ਵਾਲੇ ਨਿੱ ਮਨ ਦਾ ਟੈਨ ਪਾਸ ਕਰਨਾ ਹਾਂ ਬਿਲਕੁਲ ਸਹੀ ਬੜੀ ਬੜੀ ਥੋੜੀ ਆਪ ਦੀ ਨਾ ਕੋਈ ਕਰਜ਼ੇ ਦਾ ਫਿਕਰ ਨਾ ਕਿਸੇ ਦਾ ਡਰ ਤੇ ਆਪ ਦੀ ਖਸਾਨੀ ਕਰਨਦੇ ਆ ਤੇ ਮਜ਼ਾ ਲੈਣ ਛੋਟੇ ਵਾਂਗੂ ਚੱਲਦਾ ਨਾਲ ਇਹ ਠੀਕ ਹੈ ਜੀ ਤੇ ਬਾਪੂ ਜੀ ਫਿਰ ਜਿਹੜੀਆਂ ਇਹ ਗੱਲਾਂ ਤੁਸੀਂ ਅੱਜ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀਆਂ ਫਿਰ ਮੁੰਡੇ ਆਪਣੇ ਸੈਟੀਸਫਾਈ ਹੋਗੇ ਵੀ ਆਪਾਂ ਨਹੀਂ ਪਾਪ ਲੈਂਦਾ ਵੱਡਾ ਦੇਖੋ ਜੀ ਮੁੰਡੇ ਸਾਈਡ ਤੋਂ ਆਟੋਮੈਟਿਕ ਹੋਣਾ ਹੀ ਚਾਹਤੋਂ ਇਹਨਾਂ ਚਲਾਉਣਾ ਨਹੀਂਗਾ ਜੀ ਚਲਾਉਣਾ ਤਾਂ ਮੈਂ ਆ ਠੀਕ ਹੈ ਜੀ ਤੇ ਮੈਂ ਆਪਦਾ ਮਾਅਬਦਾ ਸ਼ੌਂਕੀ ਤਾਂ ਇਹਨਾਂ ਦਾ ਨਹੀਂ ਸ਼ੌਂਕਦੇ ਆਪਦੀ ਗੱਡੀਆਂ ਵੱਡੀਆਂ ਨੂੰ ਨਵਾਂ ਲਈ ਫਿਰ ਤੇ ਕੋਈ ਲਈ ਤੇ ਬ ਇਹ ਆਈ ਸ਼ੌਂਕ ਪੂਰਾ ਕਰਨਾ ਅੱਛਾ ਜੇ ਲੈਣ ਚਲੇ ਗਏ ਸਟਾਪ ਮਾਰਦ ਸਾਡਾ 2 ਲੱਖ 9400 ਚ ਆਇਆ ਠੀਕ ਹੈ ਜੀ 2 ਲੱਖ 9400 ਚ ਆਇਆ ਠੀਕ ਹੈ ਜੀ ਇਹ ਬੁਲਟ ਇੱਕ ਉਹ ਬੁਲਟ ਕਾਲੇ ਰੰਗ ਦਾ 1 ਲੱਖ 60 ਹਜ਼ਾਰ ਦਾ ਹੇ ਤੇ ਮੈਨੂੰ ਆਖਿਆ ਆ ਲੈ ਲੀ ਇਹ ਵੀ ਬੁਲਟ ਹੀ ਆ ਉਹ ਹੁੰਦਾ ਨਹੀਂ ਕਰਨਾ ਸ਼ੌਂਕ ਪੂਰਾ ਵੀ ਇਹ ਕਿਹੜੀ ਗੱਲ ਹੋ ਗਈ ਫਿਰ ਮੈਂ ਭਰਾਵਾ ਤੇਰੀ ਮਰਜ਼ੀ ਸ਼ੌਂਕ ਪੂਰਾ ਕਰ ਲੈ ਜੀ ਇਹ ਨਵੇਂ ਰਜਿੰਜ ਆ ਗਿਆ ਨਾ ਨਵੇਂ ਨਵੀਂ ਪਨੀਰੀ ਚ ਤਾਂ ਆ ਗਿਆ ਤੇ ਫਿਰ ਇਹਨਾਂ ਦੇ ਸ਼ੌਂਕ ਆਪਣੇ ਸ਼ੌਂਕ ਨਹੀਂ ਆਪਾਂ ਤੇ ਆਪਦਾ ਕੰਮ ਲੈਣਾ ਚਾਹੀਦਾ ਕੰਮ ਹੋਣਾ ਚਾਹੀਦਾ ਹਾਂਜੀ ਹੁਣ ਬਈ ਨੌਜਵਾਨ ਸਾਡਾ ਵੀਰ ਕਹਿੰਦਾ ਵੀ ਮੇਰਾ ਪੱਖ ਲੈ ਲਿਓ ਤੇ ਟਰੈਕਟਰ ਦੇ ਕਹਿੰਦਾ ਸਹਿਮਤ ਹੋ ਗਿਆ ਹਾਂਜੀ ਬਈ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਮੈਂ ਫਾਦਰ ਸਾਹਿਬ ਦੀਆਂ ਦਲੀਲਾਂ ਤੋਂ ਬਿਲਕੁਲ ਸਹਿਮਤ ਹਾਂ ਜੀ ਹਨਾ ਜੀ ਜੀ ਔਰ ਆਪ ਨੂੰ ਫੋਰ ਹੀ ਚੰਗਾ ਜੀ ਕੋਈ 4x4 ਨਹੀਂ ਚਾਹੀਦਾ ਜੀ ਜੀ ਔਰ ਵਾਕਈ ਗੱਲ ਸਹੀ ਹੈ ਕਿ ਇਹਦੇ ਨਾਲ ਭਾਵੇਂ ਵੈਗੁਰੂ 100 ਕਿੱਲਾ ਵੀ ਦੇਵੇ ਤੇ ਇਹਦੇ ਨਾਲ 100 ਕਿੱਲਾ ਵਲਾਂਗੇ ਜੀ ਉਹਨਾਂ ਦਾ ਟਰੈਕਟਰ ਦੇ ਪੈਸੇ ਨਹੀਂ ਖਰਚਣੇ ਜੀ ਮੈਂ ਸਹਿਮਤ ਹਾਂ ਗੁਰੂ ਸਾਹਿਬ ਜੀ ਠੀਕ ਹੈ ਬਈ ਜੀ ਬਿਲਕੁਲ ਜੀ ਦੇਖੋ ਬਈ ਜਿਵੇਂ ਵੀਰ ਨੇ ਗੱਲਬਾਤ ਕੀਤੀ ਤੇ ਬਾਪੂ ਜੀ ਨੇ ਦੱਸੀ ਸਾਰੀ ਗੱਲਬਾਤ ਜ਼ਿਆਦਾਤਰ ਪੰਜਾਬ ਦੇ ਵਿੱਚ ਕੀ ਹੋ ਰਿਹਾ ਟਰੈਕਟਰਾਂ ਛੱਟੜਾਂ ਥੱਲੇ ਜਾਂ ਇੱਕ ਕਮਰਿਆਂ ਦੇ ਵਿੱਚ ਖੜੇ ਨੇ ਭਰਾਂਡਿਆਂ 'ਚ ਖੜੇ ਨੇ ਪਰ ਵਰਤੋਂ ਜ ਘਟਾ ਰਹੇ ਨੇ ਤੇ ਉਹ ਜਿਹੜਾ ਸਾਰਾ ਕਰਜਾ ਹੈ ਉਹ ਆਪਣੇ ਪੰਜਾਬੀਆਂ ਦੇ ਆਪਣੇ ਪੰਜਾਬ ਤੇ ਆ ਤੇ ਬਾਈ ਇਹ ਵੀਡੀਓ ਸਾਡਾ ਇੱਕ ਇਨਾ ਕ ਮੈਸੇਜ ਜ਼ਰੂਰ ਹੈ ਵੀ ਜਿੰਨੇ ਕਿ ਲੋੜ ਹੈ ਜੇ ਕੋਈ ਢੋਆ ਢਵਾਈ ਦਾ ਕੰਮ ਕਰਦਾ ਹੈ ਉਹਦਾ ਅਸੀਂ ਕਹਿੰਦੇ 4x ਕੀ ਉਹ ਤਾਂ ਜੇ 6x6 ਹੁੰਦਾ ਉਹ ਵੀ ਲੈ ਲਓ ਹਾਂਜੀ ਹਾਂਜੀ ਤੇ ਪਰ ਜਿਹੜੇ ਨਾਰਮਲ ਖੇਤੀ ਕਰਦੇ ਨੇ 10 12 ਕਿੱਲਾਂ ਤੱਕ ਮੈਨੂੰ ਨਹੀਂ ਲੱਗਦਾ ਵੀ ਟਰੈਕਟਰ ਦੀ ਕੋਈ ਪ੍ਰੋਬਲਮ ਹੈਗੀ ਆ ਬਾਈ ਤੇ ਅੱਗੇ ਬਾਪੂ ਨੇ ਦਿੱਲੀ ਨਾਲ ਸੁਣੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਲੱਗੀ ਤੁਹਾਨੂੰ ਸਾਡੀ ਸਾਰੀ ਗੱਲਬਾਤ ਧੰਨਵਾਦ ਦੋਸਤੋ ਹਾਂਜੀ